ਅੱਜ ਜਿਹੜੀ ਆਪਾਂ ਆਹ ਮਸ਼ੀਨ ਤਿਆਰ ਕਰਾਂਗੇ ਜੀ ਡ੍ਰੈਲ ਮਸ਼ੀਨ ਤੋਂ ਨਾ ਇਹ ਮਸ਼ੀਨ ਹਰੇਕ ਵਿਅਕਤੀ ਨੂੰ ਕੰਮ ਦੇਊਗੀ ਜੀ ਹਰੇਕ ਘਰ 'ਚ ਦੁਕਾਨ 'ਚ ਫੈਕਟਰੀ 'ਚ ਦਫ਼ਤਰ 'ਚ ਸਾਰੇ ਕਿਤੇ ਕੰਮ ਦੇਊਗੀ ਜੀ ਤੇ ਡ੍ਰੈਲ ਮਸ਼ੀਨ ਆਪਣੇ ਘਰੇ ਪਈ ਹੁੰਦੀ ਹੈ ਪਾਲ ਸਕਉਣ ਵਾਲੀ ਹਰੇਕ ਦੇ ਤੇ ਬਾਕੀ ਇੱਕ ਚਾਹੀਦੀ ਆਪਾਂ ਨੂੰ ਆਹ ਬੋਤਲ ਜੀ ਇਸ ਤਰੀਕੇ ਦੀ ਠੀਕ ਹੈ ਬੋਤਲ ਨੂੰ ਆਪਾਂ ਬੈਕ ਸਾਈਡ ਤੋਂ ਕੱਟ ਲਾਂਗੇ ਜੀ ਇਸ ਤਰੀਕੇ ਨਾਲ ਕੱਟ ਲਾਂਗੇ ਆਪਾਂ ਤੁਸੀਂ ਚਾਹੇ ਕਿਸੇ ਚਾਕੂ ਨਾਲ ਕੱਟ ਲਿਓ ਚਾਹੇ ਆਹ ਬਲੇਡ ਨਾਲ ਕੱਟ ਲਿਓ ਚਾਹੇ ਆਰੀ ਦੇ ਬਲੇਡ ਨਾਲ ਕੱਟ ਲਿਓ ਉਸ ਤੋਂ ਬਾਅਦ ਕਰ ਲਾਂਗੇ ਜੀ ਆਪਾਂ ਇਹਨੂੰ ਇਹਨੂੰ ਜੀ ਆਪਾਂ ਡ్రੈਲ ਹੁੰਦੀ ਹੈ ਜਿਹੜੀ ਆਪਣੀ ਬਾਲਸ ਘਾਉਣ ਵਾਲੀ ਇਹਦੇ ਆਪਾਂ ਬੈਕ ਸਾਈਡ ਤੇ ਚੜਾਵਾਂਗੇ ਜੀ ਇਸ ਤਰੀਕੇ ਨਾਲ ਠੀਕ ਹੈ ਬਿਲਕੁਲ ਇਸ ਤਰੀਕੇ ਨਾਲ ਚੜਾ ਕੇ ਇਸ ਤੋਂ ਬਾਅਦ ਲਾਵਾਂਗੇ ਜੀ ਆਪਾਂ ਇਹ ਤੇ ਟੇਪ ਠੀਕ ਹੈ ਬਲੈਕ ਟੇਪ ਹੋਵੇ ਵਾਈਟ ਟੇਪ ਹੋਵੇ ਕੋਈ ਵੀ ਹੋਵੇ ਉਹ ਲਾ ਦਾਂਗੇ ਆਪਾਂ ਨੂੰ ਘਰੇ ਬਹੁਤ ਵੱਡੀਆਂ ਮੁਸ਼ਕਲਾਂ ਆਉਂਦੀਆਂ ਨੇ ਦੁਕਾਨ 'ਚ ਵੀ ਆਉਂਦੀਆਂ ਨੇ ਗੱਡੀ 'ਚ ਵੀ ਆਉਂਦੀਆਂ ਨੇ ਸਾਰੇ ਕਿਤੇ ਆਉਂਦੀਆਂ ਨੇ ਹਰੇਕ ਦੇ ਕੰਮ ਦਊਗੀ ਆ ਚੀਜ਼ ਉਸ ਤੋਂ ਬਾਅਦ ਆ ਪੈਪਸੀ ਚਾਹੀਦੀ ਹੈ ਪੈਪਸੀ ਦਾ ਟੱਕਣ ਹੈ ਜਿਹੜਾ ਇਹਦੇ ਵਿੱਚ ਆਪਾਂ ਕੱਢਾਂਗੇ ਜੀ ਇੱਕ ਹੋਲ ਠੀਕ ਹੈ ਤੁਸੀਂ ਹੋਲ ਕਿਸੇ ਗਰਮ ਚੀਜ਼ ਨਾਲ ਵੀ ਕੱਢ ਸਕਦੇ ਹੋ ਜੇ ਤੁਹਾਡੇ ਕੋਲੇ ਕੋਈ ਦੂਸਰਾ ਪੇਚ ਕਸ ਉਹਦੇ ਨਾਲ ਵੀ ਤੁਸੀਂ ਕੱਢ ਸਕਦੇ ਹੋ ਪੈਪਸੀ ਦੇ ਟੱਕਣ ਦੇ ਵਿੱਚ ਇਸ ਤਰੀਕੇ ਨਾਲ ਆਪਾਂ ਨੇ ਹੋਲ ਕੱਢਣਾ ਤੇ ਉਸ ਤੋਂ ਬਾਅਦ ਆਪਾਂ ਅੰਦਰਲੇ ਪਾਸੋਂ ਇਹਦੇ ਵਿੱਚ ਹੋਲ ਕੱਢਾਂਗੇ ਹੋਲ ਜਦੋਂ ਆਪਣਾ ਪੂਰਾ ਕੰਪਲੀਟ ਹੋ ਗਿਆ ਇਸ ਤੋਂ ਬਾਅਦ ਆਪਾਂ ਇਹਨੂੰ ਕੱਟ ਲਾਂਗੇ ਜੀ ਬਾਹਰਲੇ ਪਾਸਿਓ ਜਿਹੜਾ ਇਹਦਾ ਮਾਸ ਜਾ ਬਾਹਰ ਨਿਕਲ ਇਹਨੂੰ ਆਪਾਂ ਕੱਟ ਲਿਆ ਉਸ ਤੋਂ ਬਾਅਦ ਇੱਕ ਚਾਹੀਦੀ ਆਪਾਂ ਨੂੰ ਆ ਪਾਈਪ ਇਹ ਵਾਸ਼ਵੇਸ਼ਨ ਦੀ ਪੈਪ ਵੀ ਆਪਾਂ ਲਾ ਸਕਦੇ ਆ ਤੇ ਜਿਹੜੀ ਆਪਣੀ ਕੱਪੜੇ ਧੋਣ ਵਾਲੀ ਮਸ਼ੀਨ ਹੁੰਦੀ ਹੈ ਜਾਂ ਉਹਦੀ ਛੋਟੀ ਪੈਪ ਲੈ ਲਓ ਪਰ ਬਾਸ਼ਪੇਚਣ ਵਾਲੀ ਆ ਛੋਟੀ ਪੈਪ ਸਹੀ ਰਹੂਗੀ ਤੇ ਜਿਹੜਾ ਪੈਪਸੀ ਦਾ ਢੱਕਣ ਸੀ ਇਹਨੂੰ ਚੜਾਤਾ ਜੀ ਆਪਾਂ ਨੇ ਇਸ ਤਰੀਕੇ ਨਾਲ ਠੀਕ ਹੈ ਚੰਗੀ ਤਰ੍ਹਾਂ ਤੁਸੀਂ ਸਾਰੀ ਵੀਡੀਓ ਦੇਖ ਲਿਓ ਡਰਾਈਲ ਮਸ਼ੀਨ ਸਭ ਦੇ ਘਰੇ ਆ ਤੇ ਇਹ ਤੁਹਾਨੂੰ ਕੰਮ ਦੇਊਗੀ ਦੇਊਗੀ ਤੁਹਾਨੂੰ ਦਿੱਕਤ ਆਉਂਦੀ ਹੈ ਆਉਂਦੀ ਹੈ ਇਹ ਚੀਜ਼ ਮੈਂ ਲਿਖ ਕੇ ਦੇ ਸਕਦਾ ਇਸ ਤੋਂ ਬਾਅਦ ਆਪਾਂ ਇਹਦੇ ਬੈਕ ਸਾਈਡ ਤੇ ਇਧਰਲੇ ਪਾਸੇ ਲਾ ਦਾਂਗੇ ਜੀ ਟੇਪ ਇਸ ਤਰੀਕੇ ਨਾਲ ਵੀ ਆਪਾਂ ਨੇ ਚੰਗੀ ਤਰ੍ਹਾਂ ਇਹ ਤੇ ਟੇਪ ਲਾ ਦੇਣੀ ਹੈ ਵੀ ਕਿਸੇ ਪਾਸੋਂ ਹਵਾ ਨਾਲ ਮੁੜ ਕੇ ਲਵੇ ਨਾ ਕਦੇ ਵੀ ਠੀਕ ਹੈ ਕਿਉਂਕਿ ਆਪਾਂ ਨੂੰ ਪਰਮਾਨੈਂਟ ਕੰਮ ਕਰਨਾ ਪੱਕਾ ਕੰਮ ਹੋ ਜੇ ਬਿਲਕੁਲ ਆਪਣਾ ਦੇਖ ਲਓ ਤੁਸੀਂ ਇਸ ਤਰੀਕੇ ਨਾਲ ਆਪਾਂ ਨੇ ਪੱਕੀ ਇਹ ਤੇ ਟੇਪ ਮਾਰਤੀ ਜੀ ਇਸ ਤੋਂ ਬਾਅਦ ਜਿਹੜਾ ਟੱਕਣਾ ਹੈ ਪੈਪਸੀ ਵਾਲਾ ਟੱਕਣਾ ਆਪਾਂ ਦੂਸਰੀ ਬੋਤਲ ਤੇ ਕੱਸਤਾ ਇਹ ਮਸ਼ੀਨ ਜੀ ਆਪਾਂ ਰੇਤਾ ਕੱਢਣ ਵਾਲੀ ਮਸ਼ੀਨ ਤਿਆਰ ਕਰਾਂਗੇ ਆਪਣੀ ਗੱਡੀ ਦੇ ਵਿੱਚ ਦਫ਼ਤਰ ਦੇ ਵਿੱਚ ਕਈ ਅਈਆਂ ਚੀਜ਼ਾਂ ਹੁੰਦੀਆਂ ਨੇ ਜਿਵੇਂ ਲੈਪਟਾਪ ਤੇ ਮੋਬਾਈਲ ਦੇ ਵਿੱਚ ਰੇਤਾ ਫਸ ਜਾਂਦਾ ਜਿਹੜਾ ਰੇਤਾ ਨਿਕਲਦਾ ਨਹੀਂ ਹੈਗਾ ਜੀ ਬਰੀਕ-ਬਰੀਕ ਕਣ ਉਹਨੂੰ ਆਹ ਮਸ਼ੀਨ ਕੱਢੂਗੀ ਜੀ ਆਪਾਂ ਇਹ ਲਾਤਾ ਇਹਦਾ ਜਿਹੜਾ ਅਗਲੇ ਪਾਸੇ ਹਵਾ ਮਾਰਨ ਵਾਲਾ ਹੁੰਦਾ ਇਹਨੂੰ ਆਪਾਂ ਨੇ ਕਰਤਾ ਜੀ ਸਾਈਡ ਤੇ ਤੇ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਦੋਨੇ ਸੋਚਾਂ ਆਪਾਂ ਨੇ ਬੰਦ ਕਰ ਲਈਆਂ ਹੀਟਰ ਵਾਲੀ ਸੋਚ ਤੁਸੀਂ ਚਲਾਉਣੀ ਨਹੀਂ ਕੱਲੀ ਹਵਾ ਹਵਾਲੀ ਸੋਚ ਚਲਾਉਣੀ ਹੈ ਇਹ ਚੀਜ਼ ਦਾ ਧਿਆਨ ਰੱਖਿਓ ਆਹ ਦੇਖੋ ਹੁਣ ਆਹ ਹੁਣ ਸਾਰਾ ਕਚਰਾ ਅੰਦਰ ਖਿੱਚ ਲੂਗੀ ਆਪਦੇ ਆ ਬੋਤਲ ਦੇ ਵਿੱਚ ਠੀਕ ਹੈ ਜੀ ਤੁਸੀਂ ਵੀ ਐਸੇ ਤਰੀਕੇ ਨਾਲ ਤਿਆਰ ਕਰ ਸਕਦੇ ਹੋ ਕਈ ਆਪਣੀਆਂ ਇਹ ਜਿਹੀਆਂ ਚੀਜ਼ਾਂ ਹੁੰਦੀਆਂ ਨੇ ਜੀ ਜਿੱਚ ਆਪਾਂ ਝਾੜੂ ਨਹੀਂ ਮਾਰ ਸਕਦੇ ਨਾ ਬਾਜਦਾ ਚਾਕੇ ਵੀ ਉਦੇ ਨਾਲ ਤੁਸੀਂ ਨਾ ਕੋਈ ਵੱਡੀ ਮਸ਼ੀਨ ਖਰੀਦਣ ਦੀ ਲੋੜਾ ਡ੍ਰੈਲ ਮਸ਼ੀਨ ਹੈ 3-400 ਦੀ ਨਵੀਂ ਆ ਜਾਂਦੀ ਹੈ ਵੈਸੇ ਘਰੇ ਪਈ ਹੁੰਦੀ ਹੈ ਆਹ ਜਗੜ ਨਾਲ ਤੁਸੀਂ ਜਿੰਨਾ ਮਰਜੀ ਰੇਤਾ ਕਚਰਾ ਕਿਸੇ ਚੀਜ਼ ਦੇ ਵਿੱਚ ਫਸ ਗਿਆ ਜਿੱਥੇ ਹੱਥ ਨਹੀਂ ਜਾਂਦਾ ਉੱਥੋਂ ਤੁਸੀਂ ਇਹਨੂੰ ਸਾਫ਼ ਕਰ ਸਕਦੇ ਹੋ ਦੁਕਾਨ ਫੈਕਟਰੀ ਗੱਡੀ ਕਿਸੇ ਮਰਜੀ ਚੀਜ਼ ਦੀ ਸਾਫ਼ ਕਰ ਲਓ ਯਾਰ ਆਹ ਜਿਹੜਾ ਕਚਰਾ ਹੈ ਇਹ ਜੀਆਂ ਕਈ ਬਰੀਕ-ਬਰੀਕ ਕਣ ਹੁੰਦੇ ਨੇ ਜਿਹੜੇ ਫਸ ਜਾਂਦੇ ਨੇ ਜਿਹੜੇ ਕਿਸੇ ਚੀਜ਼ ਨਾਲ ਹੀ ਨਿਕਲਦੇ ਉਹਨਾਂ ਨੂੰ ਆਹ ਮਸ਼ੀਨ ਕੱਢੂਗੀ ਜੀ ਠੀਕ ਹੈ ਤੇ ਵੀਡੀਓ ਸ਼ੇਅਰ ਕਰਦੀ ਹਾਂ ਜੀ ਜਦੋਂ ਵੀ ਤੁਹਾਨੂੰ ਲੋੜ ਪਵੇ ਕਦੇ ਤਾਂ ਤਿਆਰ ਕਰ ਲਿਓ ਆਹ ਦੇਖੋ ਕਿੰਨਾ ਜ਼ ਸਾਫ ਕਰਦ ਲੋ ਇਹਨੂੰ ਕੁਛ ਨਹੀਂ ਹੁੰਦਾ ਹੈਗਾ ਜੀ